ਕੰਮ ਕੁੰਮ ਕਰਕੇ ਹੋ ਗਿਆ ਮੈਂ ਵਿਹਲਾ ਥੋੜ੍ਹਾ ਜਿਹਾ। ਸਤਿ ਸ਼੍ਰੀ ਅਕਾਲ ਜੀ, ਹੋਰ ਸਾਰਿਆਂ ਦਾ ਕੀ ਹਾਲ ਚਾਲ? ਉਮੀਦ ਆ ਕਿ ਸਾਰੇ ਵਧੀਆ ਹੋ ਗਏ। ਥੋੜ੍ਹੀ ਠੰਡ ਜਿਹੀ ਲੱਗਣ ਦੀ ਆ, ਕੋਟੀ ਪਾ ਲੈਂਦੇ ਜਾ ਕੇ। ਹੁਣ ਐਂ ਨਿੱਕ ਜਿਹਾ ਥੱਲੇ ਤਾਂ ਬਹੁਤ ਠੰਡ ਲੱਗਣ ਦੀ, ਹੁਣੇ ਮੈਂ ਨਹਾ ਗਿਆ ਸੀ। ਘਰ ਦੇ ਜਿਹੜੇ ਕੰਮ ਕੁੰਮ ਕਰਨ ਵਾਲੇ ਸੀ, ਖਾਣਾ ਖੁਣਾ ਬਣਾਉਣਾ ਮੈਂ ਹੁਣੇ ਬਣਾ ਲਿਆ, ਮੈਂ ਰਾਤ ਨੂੰ ਕਿੱਥੇ ਬਣਾਵਾਂਗੇ। ਥੋੜ੍ਹੇ ਦਿਨ ਪਹਿਲਾਂ ਬਰਫ਼ ਪੈਂਦੀ ਸੀ ਅਤੇ ਮੈਂ ਪਹਿਲੀ ਵਾਰੀ ਵੇਖੀ ਬਰਫ਼ ਪੈਂਦੀ, ਅਤੇ ਬੰਦਾ ਜਦੋਂ ਪਹਿਲੀ ਵਾਰੀ ਵਹਿੰਦਾ ਬਰਫ਼ ਪੈਂਦੀ ਐਕਸਾਈਟਡ ਜ਼ਿਆਦਾ ਹੋਈ ਜਾਂਦਾ। ਬਰਫ਼ ਪੈਂਦੀ ਨੂੰ ਵਹਿੰਦੇ ਵਹਿੰਦੇ ਮੈਂ ਚੱਲ ਗਿਆ ਕੰਮ 'ਤੇ, ਅਤੇ ਕੰਮ 'ਤੇ ਜਿਹੜਾ ਸਾਰਾ ਹਫ਼ਤਾ ਬੜਾ ਵਧੀਆ ਲੰਘ ਗਿਆ। ਫਿਰ ਕੰਮ ਤੋਂ ਛੁੱਟੀਆਂ ਹੀ ਸੀ, ਅਸੀਂ ਉਹਨਾਂ ਡਿਸਾਈਡ ਕੀਤਾ ਕਿ ਲੰਡਨ ਜਾ ਕੇ ਆਈਏ। ਮੈਂ ਲੰਡਨ ਤਾਂ ਮੈਂ ਦੋ ਤਿੰਨ ਵਾਰੀ ਜਾ ਆਇਆ ਵਾਂ, ਪਰ ਲੰਡਨ ਬਹੁਤ ਜ਼ਿਆਦਾ ਵੱਡਾ ਸ਼ਹਿਰ ਆ। ਜਦੋਂ ਵੀ ਜਾਂਦਾ ਲੰਡਨ, ਹਰ ਵਾਰੀ ਕੋਈ ਨਵੀਂ ਜਗ੍ਹਾ ਦਾ ਐਕਸਪੀਰੀਅੰਸ ਹੁੰਦਾ। ਪਤਾ ਨਹੀਂ ਕਿੰਨੀਆਂ ਟ੍ਰੇਨਾਂ ਬਦਲਣੀ ਪੈਂਦੀਆਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਲਈ। ਚੱਲ ਜਾਂਦੇ ਠੰਡ ਬੜੀ ਲੱਗਦੀ ਆ। ਮੈਂ ਆਸਟ੍ਰੇਲੀਆ 8 ਸਾਲ ਰਿਹਾ ਸੀ, ਅਤੇ ਮੈਂ ਜਦੋਂ ਨਵਾਂ ਨਵਾਂ ਇੰਗਲੈਂਡ 'ਚ ਆਇਆ, ਮੈਂ ਵਾਹਵਾ ਕੰਪੈਰੀਜ਼ਨ ਕਰਦਾ ਸੀ ਆਸਟ੍ਰੇਲੀਆ ਦਾ ਅਤੇ ਇੰਗਲੈਂਡ ਦਾ। ਉੱਥੇ ਹਰੇਕ ਚੀਜ਼ ਨਵੀਂ ਨਵੀਂ ਲੱਗਦੀ ਸੀ। ਘਰ ਹੋ ਗਏ, ਉੱਥੇ ਘਰ ਥੋੜ੍ਹੇ ਖੁੱਲ੍ਹੇ ਡੁੱਲੇ ਸੀ, ਇੱਥੇ ਜਿਹੜੇ ਘਰ ਥੋੜ੍ਹੇ ਛੋਟੇ। ਅਤੇ ਜਿਹੜੀ ਮੇਨ ਮੈਨੂੰ ਪ੍ਰੋਬਲਮ ਲੱਗੀ ਗੱਡੀਆਂ ਚਲਾਉਣ 'ਚ, ਇੱਥੇ ਸਪੀਡ ਲਿਮਿਟ ਆਸਟ੍ਰੇਲੀਆ ਦੇ ਕੰਪੈਰੀਜ਼ਨ ਨਾਲ ਵਾਹਵਾ ਹੀ ਜ਼ਿਆਦਾ। ਇੱਥੇ ਜਿਹੜੇ ਕੰਮ ਅਤੇ ਪੇ ਰੇਟ ਆ, ਉਹ ਬਹੁਤ ਜ਼ਿਆਦਾ ਘੱਟ ਆ ਆਸਟ੍ਰੇਲੀਆ ਦੇ ਕੰਪੈਰੀਜ਼ਨ ਨਾਲ। ਅਤੇ ਜਿਹੜਾ ਮੌਸਮ ਉਹ ਤਾਂ ਤੁਹਾਨੂੰ ਪਤਾ ਹੀ ਆ, ਇੰਗਲੈਂਡ ਤਾਂ ਥੋੜ੍ਹਾ ਠੰਡਾ। ਘੁੰਮ ਫਿਰ ਤਾਂ ਬਥੇਰਾ ਲਿਆ, ਹੁਣ ਥੋੜ੍ਹਾ ਸਰੀਰ ਵੱਲ ਵੀ ਧਿਆਨ ਦੇਣਾ ਚਾਹੀਦਾ। ਮੈਂ ਪੂਰਾ ਟਰਾਈ ਕਰਨਾ ਵਾ ਕਿ ਜਿਮ 'ਚ ਰੈਗੂਲਰ ਹੋਈਏ, ਪਰ ਜਦੋਂ ਕੰਮ ਕੁੰਮ ਕਰਕੇ ਬੰਦਾ ਥੱਕ ਜਾਂਦਾ ਨਾ, ਫਿਰ ਤੁਹਾਨੂੰ ਪਤਾ ਥੋੜ੍ਹਾ ਬਣਨਾ ਚਾਹੀਦਾ ਹੁੰਦਾ ਬੰਦੇ ਨੂੰ ਕਿ ਨਾ ਜਾਈਏ ਜਿਮ, ਅਤੇ ਫਿਰ ਇੱਦਾਂ ਲੰਘ ਜਾਂਦਾ ਟਾਈਮ। ਪਰ ਇੱਕ ਵਾਰੀ ਜੋ ਰੂਟੀਨ ਬਣ ਜਾਏ, ਫਿਰ ਥੋੜ੍ਹਾ ਮੈਨੇਜ ਹੋ ਜਾਂਦਾ ਕੰਮ ਦੇ ਨਾਲ ਨਾਲ ਜਿਮ ਜਾਣਾ ਵੀ। ਪਰ ਮੈਂ ਇੱਕ ਹੋਰ ਸੋਚਣਾ ਸੀ, ਜਿਹੜਾ ਵਰਕਆਊਟ ਆ ਜਿਮ ਦੇ ਨਾਲ ਨਾਲ ਮੈਂ ਆਪਣਾ ਬੋਡੀ ਵੇਟ ਵਰਕਆਊਟ ਵੀ ਐਡ ਕਰਾਂ। ਘੱਟੋ ਘੱਟ 2 ਦਿਨ ਬੋਡੀ ਵੇਟ ਵਰਕਆਊਟ ਕਰਾਂ ਅਤੇ 3 ਦਿਨ ਜਿਮ, ਕਿਉਂਕਿ ਬੋਡੀ ਵੇਟ ਵਰਕਆਊਟ ਨਾਲ ਜਿਹੜਾ ਫਲੈਕਸੀਬਿਲਟੀ ਆ, ਸਟਰੈਂਥ ਆ, ਜਿਹੜਾ ਸਟੈਮਿਨਾ, ਉਹ ਬਹੁਤ ਜ਼ਿਆਦਾ ਵੱਧਦਾ ਜੇ ਕੰਪੇਅਰ ਕਰੀਏ ਜਿਮ ਦੇ ਨਾਲ। ਜਿਮ 'ਚ ਬੰਦਾ ਇੱਕ ਮਸਲ ਨੂੰ ਜੇ ਦੋਵਾਂ ਮਸਲਾਂ ਨੂੰ ਟ੍ਰੇਨ ਕਰਦਾ ਵਾ, ਅਤੇ ਜਦੋਂ ਬੋਡੀ ਵੇਟ ਕਰਦੇ ਤੁਸੀਂ, ਉਹ 'ਚ ਸਾਰੇ ਸਰੀਰ ਦਾ ਹੀ ਜ਼ੋਰ ਲੱਗਦਾ। ਅਤੇ ਮੈਂ ਉਹਨੂੰ ਥੋੜ੍ਹਾ ਹੋਰ ਹਾਰਡ ਕਰਨ ਨੂੰ ਕੈਲਿਸਥੈਨਿਕ ਐਕਸਰਸਾਈਜ਼ਾਂ ਵਾ, ਉਹ ਟਰਾਈ ਕਰਨੇ ਵਾ। ਐਕਸਰਸਾਈਜ਼ ਤਾਂ ਘਰੇ ਵੀ ਹੋ ਜਾਂਦੀ ਆ, ਪਰ ਮੈਨੂੰ ਜਗ੍ਹਾ ਚਾਹੀਦੀ ਥੋੜ੍ਹੀ ਖੁੱਲ੍ਹੀ ਜਿੱਥੇ ਵਧੀਆ ਐਕਸਰਸਾਈਜ਼ਾਂ ਹੋਣ ਕੈਲਿਸਥੈਨਿਕ ਵਾਲੀਆਂ। ਬਾਰਾਂ ਵੀ ਚਾਹੀਦੀਆਂ ਵਾ ਜਿੰਨਾ ਮੈਨੂੰ ਮਸਲ ਅਪ ਕਰਨ 'ਚ ਹੈਲਪ ਹੋਣੀ ਆ, ਅਤੇ ਜਿਮ 'ਚ ਉਹ ਆਈਡੀਆ ਵਧੀਆ ਨਹੀਂ ਆ। ਸੋ ਮੈਂ ਇੱਥੇ ਆਇਆ ਸੀ ਪਾਰਕ 'ਚ ਚੈੱਕ ਕਰਨ, ਲੱਗੀਲੀ ਇੱਥੇ ਹੈਗੀਆਂ ਵਾ। ਮੈਂ ਪਹਿਲਾਂ ਵੀ ਇੱਥੇ ਆਇਆ ਸੀ, ਪਰ ਉਦੋਂ ਮੇਰਾ ਧਿਆਨ 'ਚ ਨਹੀਂ ਏਡਾ, ਅਤੇ ਹੁਣ ਮੈਂ ਚੈੱਕ ਕੀਤੀਆਂ ਹੈਗੀਆਂ ਵਾ। ਅਜੇ ਤਾਂ ਠੰਡ ਆ, ਜਦੋਂ ਥੋੜ੍ਹਾ ਜਿਹਾ ਮੌਸਮ ਗਰਮ ਹੋਊਗਾ, ਫਿਰ ਮੈਂ ਇੱਥੇ ਆ ਕਰੂੰ ਐਕਸਰਸਾਈਜ਼ਾਂ ਕਰਨ। ਉਹਨਾਂ ਤੱਕ ਘਰੇ ਕਰਦੇ ਪ੍ਰੈਕਟਿਸ, ਸਟਰੋਂਗ ਕਰਦੇ ਸਰੀਰ ਨੂੰ, ਫਿਰ ਹੌਲੀ ਹੌਲੀ ਇੱਥੇ ਆ ਕਰਾਂਗੇ। ਪੱਕੀ ਉਹੜੀ ਜਗ੍ਹਾ ਵਾ, ਉਹ ਚੜ੍ਹਾਈ ਜੀ ਆ, ਅਤੇ ਜਾਂਦੇ ਜਾਂਦੇ ਮੇਰਾ ਸਰੀਰ ਗਰਮ ਹੋ ਜਾਇਆ ਕਰਨਾ, ਸਿੱਧਾ ਜਾ ਕੇ ਐਕਸਰਸਾਈਜ਼ ਕਰਦਾ ਕਰਾਂਗੇ ਸਟਾਰਟ। ਆੜੀ ਵੀਡੀਓ ਨੇ ਇੱਥੇ ਕਰਦੇ ਖਤਮ, ਮੈਨੂੰ ਉਮੀਦ ਆ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਅਤੇ ਤੁਸੀਂ ਇੰਜੋਏ ਕੀਤੀ ਹੋਗੀ। ਵਕਤ ਨੂੰ ਮਿਲਾਂਗੇ ਇੱਕ ਹੋਰ ਨਵੇਂ ਦਿਨ, ਇੱਕ ਹੋਰ ਨਵੀਂ ਵੀਡੀਓ ਨਾਲ। ਤਦ ਤੱਕ ਲਈ ਆਪਣਾ ਖਿਆਲ ਰੱਖਿਓ ਸਾਰਿਆਂ ਨੇ।